प्रेम रोले। ਤੁਹਾਡੀ ਉਮਰ ਕਿੰਨੀ ਆ? ਅਸੀਂ ਦੇਖਿਆ ਤੁਹਾਡੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ, ਜਿਹੜਾ ਤੁਸੀਂ ਗਲੀ ਗਲੀ ਸਮਾਨ ਵੇਚਦੇ ਹੋ। ਅਜਿਹੀ ਕੀ ਮਜਬੂਰੀ ਹੈ ਵੀ ਜਿਹੜਾ ਤੁਹਾਨੂੰ ਹੁਣ ਵੀ ਜਿਹੜੀ ਹੈ ਮਿਹਨਤ ਕਰਨੀ ਪੈ ਰਹੀ ਆ? ਇਸ ਉਮਰ 'ਚ ਅਸੀਂ ਦੇਖਿਆ ਵੀ ਜ਼ਿਆਦਾਤਰ ਬਜ਼ੁਰਗ ਜਿਹੜੇ ਨੇ ਘਰਾਂ ਵਿੱਚ ਆਰਾਮ ਕਰਦੇ ਹੋਏ ਦਿਖਾਈ ਦਿੰਦੇ ਨੇ। ਤੁਹਾਡੀ ਕੀ ਮਜਬੂਰੀ ਹੋ ਗਈ ਜੀ? ਤੁਹਾਡੇ ਬੱਚਿਆਂ ਵੱਲੋਂ ਕੋਈ ਕਿਹਾ ਨਹੀਂ ਜਾਂਦਾ ਵੀ ਪਾਪਾ ਜੀ ਬਹੁਤ ਉਮਰ ਹੋ ਗਈ ਹੈ 70 ਸਾਲ ਦੀ, ਹੁਣ ਬਹਿ ਕੇ ਆਰਾਮ ਕਰੋ, ਸਾਰੀ ਉਮਰ ਤੁਸੀਂ ਕੰਮ ਕੀਤਾ, ਕਦੀ ਬੱਚੇ ਵੱਲੋਂ ਨਹੀਂ ਗੱਲ ਕਹੀ? ਇਹ ਮੈਨੂੰ ਨਹੀਂ ਕਿਸੇ ਨੇ ਕਿਹਾ, ਇਹ ਮੈਂ ਆਪਣੀ ਮਰਜ਼ੀ ਨਾਲ ਹੀ ਇਹ ਕੰਮ ਕਰਦਾ ਪਿਆ ਵਾਂ। ਪਾਪਾ ਜੀ ਇੱਧਰ ਆਓ, ਸਾਨੂੰ ਜੋ ਮਾਰਕੀਟ ਦੇ ਵਿੱਚ ਮੈਨੂੰ ਬੜੀ ਇੱਜ਼ਤ ਕਰਦੇ ਆ, ਗਲੀਆਂ ਦੇ ਵਿੱਚ ਬੜੀ ਇੱਜ਼ਤ ਕਰਦੇ ਆ, ਪਾਪਾ ਜੀ ਬਾਪੂ ਜੀ ਪਾਪਾ ਜੀ ਬਾਪੂ ਜੀ, ਇਸ ਤਰ੍ਹਾਂ ਕਰਕੇ ਸਭ ਬੁਲਾਉਂਦੇ ਮੈਨੂੰ, ਕੋਈ ਮਾੜਾ ਲਫ਼ਜ਼ ਨਹੀਂ ਕਹਿੰਦੇ। ਰਾਹ ਨੂੰ 2-2:30 ਵਜੇ ਜਾਂਦੇ ਸੌਦਾ ਗੱਡੀ ਗੁੱਡੀ ਸਾਂਭਦਿਆਂ ਨੂੰ, ਕਿ ਰਾਤ ਨੂੰ ਮਾਲ ਮੂਲ ਰਾਤ ਨੂੰ ਮਿਲਦਾ ਵਾ, ਤੇ 2-2:30 ਵੱਜ ਜਾਂਦੇ ਰਾਤ ਨੂੰ ਘਰ ਜਾਂਦੇ ਨੂੰ। ਲਾਈਨ ਦੇ ਵਿੱਚ ਲੱਗਣਾ ਪੈਂਦਾ, ਨਾ ਡਿਪੂ ਵਾਲੇ ਕਿਸੇ ਦੀ ਗੱਲ ਨਹੀਂ ਸੁਣਦੇ, ਇਸ ਕਰਕੇ ਅਖੀਰ ਕਣਕ ਨੂੰ ਛੱਡੋ, ਆਪਣਾ ਕੰਮ ਕਰੋ। ਗਲੀ ਗਲੀ ਜਾ ਕੇ ਤੁਸੀਂ ਸਮਾਨ ਵੇਚਦੇ ਹੋ, ਸਾਰੇ ਅੰਮ੍ਰਿਤ ਨੂੰ ਵੀ ਕੰਮ ਕਰਦੇ ਹੋ ਗਏ ਨੇ, ਹੁਣ ਬਹਿ ਜਾਓ ਆਰਾਮ ਕਰ ਲਿਓ, ਕਦੀ ਧੀ ਨੂੰ ਨਹੀਂ ਗੱਲ ਕੀਤੀ? ਨਹੀਂ ਜੀ, ਮੈਨੂੰ ਕਿਸੇ ਨੇ ਕਿਹਾ ਜੀ, ਮੇਰਾ ਜਵਾਈ ਨੂੰ ਨਾ ਧੀ ਨੇ, ਮੈਂ ਘਰ ਦੇ ਵਿੱਚ ਕਿਸੇ ਨੇ ਮੈਨੂੰ ਕਿਹਾ। ਕਈਆਂ ਲੋਕਾਂ ਨੇ ਵੀ ਕਿਹਾ ਮੈਨੂੰ ਵੀ ਬਾਪੂ ਜੀ ਤੁਸੀਂ ਇਹ ਉਮਰ 'ਚ ਕੰਮ ਕਰਦੇ ਹੋ ਹੈਂ, ਅਤੇ ਮੈਂ ਕੀ ਕਰੀਏ ਵੀ ਢਿੱਡ ਲੱਗਾ, ਕਮਾਇਆ ਕਰਾਂਗੇ ਅਤੇ ਖਾਵਾਂਗੇ। ਤਾਂ ਕਹਿਣਾ ਵੀ ਮੇਰਾ ਵੀ ਜੀਅ ਕਰਦਾ ਵੀ ਮੈਂ ਵੀ ਘਰ ਬਹਿ ਕੇ ਆਰਾਮ ਕਰਾਂ, ਪਰ ਘਰਾਂ ਦੀ ਮਜਬੂਰੀ ਜਿਹੜੀ ਹੈ ਮੈਨੂੰ ਘਰ ਬਹਿਣ ਨਹੀਂ ਦਿੰਦੀ। ਪੰਜਾਬੀ ਲੋਕ ਚੈਨਲ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਬਜ਼ੁਰਗ ਜਿਹੜਾ ਕਿ ਗਲੀ ਗਲੀ ਜਾ ਕੇ ਜਿਹੜਾ ਸਮਾਨ ਵੇਚ ਰਿਹਾ। ਉਹ ਬਜ਼ੁਰਗ ਸਾਡੇ ਨਾਲ ਨੇ, ਗੱਲਬਾਤ ਕਰਾਂਗੇ ਬਾਬਾ ਜੀ ਨਾਲ ਅਤੇ ਪੁੱਛਾਂਗੇ ਵੀ ਬਾਬਾ ਜੀ ਅਜਿਹੀ ਕੀ ਮਜਬੂਰੀ ਆ ਵੀ ਇੰਨੀ ਉਮਰ ਹੋਣ ਦੇ ਬਾਵਜੂਦ ਵੀ ਜਿਹੜਾ ਹੈ ਮਿਹਨਤ ਕਰ ਰਹੇ ਨੇ। ਬਾਬਾ ਜੀ ਕੀ ਨਾਮ ਜੀ ਤੁਹਾਡਾ? ਮੰਗਲ ਸਿੰਘ ਜੀ। ਅਤੇ ਬਾਬਾ ਜੀ ਤੁਹਾਡੀ ਉਮਰ ਕਿੰਨੀ ਆ? ਅਸੀਂ ਦੇਖਿਆ ਤੁਹਾਡੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ, ਜਿਹੜਾ ਤੁਸੀਂ ਗਲੀ ਗਲੀ ਸਮਾਨ ਵੇਚਦੇ ਹੋ। ਕੀ ਸਮਾਨ ਵੇਚਦੇ ਹੋ? ਤੁਹਾਡੀ ਉਮਰ ਕਿੰਨੀ ਆ? ਦੇਖੋ ਜੀ ਉਮਰ ਮੇਰੀ ਹੈਗੀ ਜੇ 70 ਸਾਲ ਹੈਗੀ ਆ, ਅਤੇ ਸੌਦਾ ਵੇਚੀ ਦਾ ਬਾਜ਼ਾਰਾਂ ਦੇ ਵਿੱਚ ਜਾ ਕੇ, ਕਰੀਮ ਰੋਲ ਵੇਚੀ ਦੇ ਆ ਜੀ। ਹਾਂਜੀ ਬਾਬਾ ਜੀ 70 ਸਾਲ ਦੀ ਉਮਰ ਹੋ ਗਈ ਆ, ਅਜਿਹੀ ਕੀ ਮਜਬੂਰੀ ਹੈ ਵੀ ਜਿਹੜਾ ਤੁਹਾਨੂੰ ਹੁਣ ਵੀ ਜਿਹੜੀ ਹੈ ਮਿਹਨਤ ਕਰਨੀ ਪੈ ਰਹੀ ਆ? ਇਸ ਉਮਰ 'ਚ ਅਸੀਂ ਦੇਖਿਆ ਵੀ ਜ਼ਿਆਦਾਤਰ ਬਜ਼ੁਰਗ ਜਿਹੜੇ ਨੇ ਘਰਾਂ ਵਿੱਚ ਆਰਾਮ ਕਰਦੇ ਹੋਏ ਦਿਖਾਈ ਦਿੰਦੇ ਨੇ। ਤੁਹਾਡੀ ਕੀ ਮਜਬੂਰੀ ਹੋ ਗਈ ਜੀ? ਮਜਬੂਰੀ ਇਹੋ ਜੀ, ਘਰਾਂ ਦੇ ਆਪਣੇ ਮਹਿੰਗਾਈ ਬਹੁਤ ਤੇਜ਼ ਨਾਲ ਚੱਲ ਰਹੀ ਆ, ਘਰਾਂ ਦੇ ਗੁਜ਼ਾਰੇ ਨਹੀਂ ਹੁੰਦੇ, ਇਸ ਕਰਕੇ ਘਰਾਂ 6 ਮੈਂਬਰ ਹੈਗੇ ਆ, ਅਤੇ ਘਰ ਦਾ ਖਰਚਾ ਨਹੀਂ ਹੁੰਦਾ, ਘਰਾਂ ਦੇ ਖਰਚੇ ਨਾਲ ਕੰਮ 'ਤੇ ਨਾ ਜਾਵਾਂਗੇ ਤਾਂ ਖਰਚਾ ਨਹੀਂ ਹੁੰਦਾ, ਇਸ ਕਰਕੇ ਮਜਬੂਰੀ ਸਾਨੂੰ ਇਹੋ ਮਜਬੂਰੀ ਘਰ ਦੇ ਵਿੱਚ। ਹਾਂਜੀ, ਹੋਰ ਨਹੀਂ ਕੋਈ ਮਜਬੂਰੀ, ਇਹੋ ਕੰਮ। ਅਤੇ ਮੈਨੂੰ ਬਾਬਾ ਜੀ ਪਰਿਵਾਰ ਦੀ ਗੱਲ ਕਰੀਏ, ਤੁਹਾਡੇ ਪਰਿਵਾਰ 'ਚ ਕੌਣ ਕੌਣ ਆ ਅਤੇ ਕਿੰਨੇ ਪਰਿਵਾਰ ਦੇ ਮੈਂਬਰ ਨੇ? ਪਰਿਵਾਰ ਦੇ ਜੀ 6 ਮੈਂਬਰ ਹੈ, 2 ਪੋਤਰੀਆਂ ਹੈਗੀਆਂ ਨੇ, ਇੱਕ ਮੈਂ ਆ, ਇੱਕ ਮੇਰੇ ਘਰ ਦੀ ਨੂੰਹ ਮੇਰੀ ਆ, ਇੱਕ ਲੜਕਾ ਮੇਰਾ। ਹਾਂਜੀ। ਅਤੇ ਮੈਨੂੰ ਦੱਸੋ ਬਾਬਾ ਜੀ ਤੁਹਾਡੇ ਬੱਚਿਆਂ ਵੱਲੋਂ ਕੋਈ ਕਿਹਾ ਨਹੀਂ ਜਾਂਦਾ ਵੀ ਪਾਪਾ ਜੀ ਬਹੁਤ ਉਮਰ ਹੋ ਗਈ ਹੈ 70 ਸਾਲ ਦੀ, ਹੁਣ ਬਹਿ ਕੇ ਆਰਾਮ ਕਰੋ, ਸਾਰੀ ਉਮਰ ਤੁਸੀਂ ਕੰਮ ਕੀਤਾ, ਕਦੀ ਬੱਚੇ ਵੱਲੋਂ ਨਹੀਂ ਗੱਲ ਕਹੀ? ਇਹ ਮੈਨੂੰ ਨਹੀਂ ਕਿਸੇ ਨੇ ਕਿਹਾ, ਇਹ ਮੈਂ ਆਪਣੀ ਮਰਜ਼ੀ ਨਾਲ ਹੀ ਇਹ ਕੰਮ ਕਰਦਾ ਪਿਆ ਵਾਂ। ਵੇਖੋ ਜੀ ਜੇ ਕੰਮ ਮੈਂ ਘਰ ਬਹਿ ਗਿਆ ਅਤੇ ਹੱਡ ਪੈਰ ਗੋਲ ਲੱਤਾਂ ਪੀੜ ਇਹ ਜਿਹੜੀਆਂ ਬੰਦਾ ਰਹਿ ਜਾਂਦਾ ਮੰਜੇ 'ਤੇ ਪੈ ਜਾਂਦਾ, ਫਿਰ ਹੱਡਾਂ ਲੱਤਾਂ ਗੋਡੇ ਜਿਹੜੇ ਇਹ ਜੁੜ ਜਾਂਦੇ ਆ, ਇਸ ਕਰਕੇ ਨਾਲੇ ਸਰੀਰ ਚੱਲਦਾ ਪਿਆ, ਸਰੀਰ ਤੁਰਦਾ ਫਿਰਦਾ ਰਹਿੰਦਾ, ਗਰਮ ਸਰੀਰ ਰਹਿੰਦਾ, ਬਾਜ਼ਾਰਾਂ ਦੇ ਸੌਦਾ ਵੇਚੀ ਦਾ, ਨਾਲੇ ਘਰ ਦੇ ਖਰਚੇ ਪੂਰੇ ਹੋ ਜਾਂਦੇ ਆ, ਨਾਲੇ ਜੇ ਘਰੋਂ ਜੇ ਨਾ ਜਾਵਾਂਗੇ ਗੋਡੇ ਪੈਰ ਵੀ ਸਰੀਰ ਵੀ ਰਹਿ ਜੂਗਾ, ਅਤੇ ਘਰ ਦਾ ਖਰਚਾ ਵੀ ਬੰਦ ਹੋ ਜੂਗਾ, ਇਸ ਕਰਕੇ ਇਹ ਕੰਮ ਕਰਨਾ ਪੈਂਦਾ ਮੈਨੂੰ, ਮੈਂ ਇਹ ਸੌਦਾ ਵੇਚਣਾ ਪੈਂਦਾ ਵਾ, ਅਤੇ ਘਰ ਦਾ ਖਰਚ ਚਲਾਉਣਾ ਮੈਂ। ਸੋ ਬਾਬਾ ਜੀ ਰੋਜ਼ ਤੋਂ ਕਿੰਨੇ ਕੁ ਕਿਲੋਮੀਟਰ ਰੋਜ਼ ਸਫ਼ਰ ਕਰ ਲੈਂਦੇ ਹੋ? ਅੰਮ੍ਰਿਤਸਰ ਦੀ ਗਲੀਆਂ ਵਿੱਚ ਕਿੰਨੇ ਕਿਲੋਮੀਟਰ ਸਫ਼ਰ ਹੋ ਜਾਂਦਾ ਰੋਜ਼? ਹੋਈ ਜਾਂਦਾ 50 40 50 60 ਕਿਤੇ ਹੋ ਹੀ ਜਾਂਦਾ ਵਾ। ਗਲੀਆਂ 'ਚ ਜਾਣਾ ਹੁੰਦਾ ਪਹਿਲਾਂ ਸੰਤ ਨਗਰ ਕੱਲੂ ਦਾ ਖਾੜਾ, ਫਿਰ ਇਹ ਗਲੀਆਂ ਕੱਢ ਕੇ ਮੁਨਸ਼ੀਆਂ ਵਾਲੀ ਗਲੀ ਸਾਰੀ ਜਾਈ ਲਿਆ, उस तो बाद फिर सत्तों वाले बाजार जंडी वाली गली निकल के उतों मजीठ मंडी निकल जाइदा। 3:30 बजे मैं मजीठ पड़ जाना। उतों बाद जाके पटेल चौंक चपड़ जाइदा 4 बजे। उतों चाह पानी पी के तो फिर सारिया मार्केटा घूमते। 5 बजे मैं प्रताप बाजार चले जाना। उधर मार्केटा सौदा वेच के फिर पिछा बिजली वाले चौंकों एनू वापस आ जाइदा। 6 बजे मैं सौदा वेच के वेला हो जाता वा तो घर का खर्चे लिया 500-700 रुपया जिन्ना भी बने, 400 बने, 300 बने, जिन्ना भी बने उन्हें लिया, उन्हें च गुजारा कर लीदा। पर बाबा जी देखिया भी ज़्यादातर जो बंदा बजुर्ग हो जाता वा क्योंकि सारी उम्र बंदा कमाई करता तो बंदा सोचता भी हूँ बच्चे जोड़े ने वो जो काम कर असी जोड़ा वा हूँ आराम के नाल परिवार च बह के आराम करिए। की कहना चाहोगे इतने? देखो जी मैनू तो किसी ने अज तक ना किसी ने क्या बच्चे बुच्चे ने किसी ने क्या यदा मैं अपनी मर्जी नाल चल काम करन दिया वा। जिन्ना चर मेरे हड्ड पैर चलते है मैं जरूर करांगा। क्यों लड़का जड़ा वो ना आखे कि मैनू कल्ले नू करना पैंदा है। जे मैं ना हुण करदा वा तो घर दा इन्ना सही चली जांदा वा। जे मेरे हड्ड पैर खलो गए तो महाराज ने वेखना थोड़ा या मैं किसी ने वेखना थोड़ा मगर की हुंदा की नहीं। जिन्ना चिर मेरे हड्ड पैर चलदे मैं घर दा गुजारा सारियां दा खर्चा मैं दियाँगा। मैंने इस बाबा जी जो गलियां जाते हो क्रीम रोल बेचने वास्ते तो गलियां जो जिन्ना क्रीम रोल बेचते हो जो क्रीम रोल लेंदे ने वो कितना के लोग इज्जत मान करते हैं या किस तरह तुहानू कह के बुलाते हैं भी बाबा जी आ गए ने या की कहते तुहानू? देखो जी कहने पापा जी आ गए आ, पापा जी इधर आओ सानू दिओ। मार्केट के मैनू बड़ी इज्जत करते आ, गलियां दे विच बड़ी इज्जत करते आ। पापा जी, बापू जी, पापा जी, बापू जी इस तरह करके सब बुलाते। मैनू कोई माड़ा लफ्ज नहीं कहते। सब जिन्ने वो सौगा गाहक मैनू डीकते रहते हैं भी पापा जी आउणगे असीं उन्हां कोलों सौदा खावांगे। सारी इज्जत पक्के गाहक मेरे, मैं उन्हां गाहकां दी बड़ी इज्जत करदा। गलियां दे जाना उन्हां दी बड़ी इज्जत करदा वां। मैनू किसी ने अज तक माड़ा नहीं किया ना मैनू कहंदे आ तो मैनू पापा जी तो बापू जी तो सवा। मैंने इस बाबा जी जिवें मैं गल की भी तुहाडी उम्र बहुत हो गई है, 70 साल हो गए ने। इस उम्र च आके बंदा जिहड़े हड्ड गोडे जिहड़े वो दर्द होण लग पैंदे ने ते असीं देखदे आ भी तुहानू आराम की लोड़ हुंदी है। चीम लैके आराम नहीं जब मन सोचदा भी आराम करिए चीम लैके उम्र क्योंकि असीं देखदे भी ज़्यादातर उम्र बहुत हो गई है। जिवें बरसात का मौसम है, ठंड बहुत आ तो किन्ने क मुश्किल सामना करना पैंदा तुहानू? देखो जी महसूस तो हुंदा ही आ, गोडे पैर हुंदे भी दर्द हुंदे भी आ पर हुण की करिए बैठा नहीं जाता। जे आपां जे गोडियां वाला वेखांगे, शरीर वाला वेखांगे तो फिर घर का खर्च मैं कित्थों लिया के दूंगा। दुध का खर्चे सारे खर्चे हुंदे आ और जिन्ना 500-700 200-400 जिद्दां भी आवे वो घर का खर्च मैं चलाउण। जे ना जावांगा तो घर का खर्च नहीं चलूगा। ते मैनूं दस्सो बाबा जी सियाल विच तुसीं क्रीम रोल वेचदे हो जे गर्मियां विच की समान वेचदे हो उदों की काम करदे हो नाल? गर्मियां जी मैं तां हुण आइसक्रीम वेचदा वां, रियल गड्डी हैगी आ घीमाले वो मैं गड्डी लाउना। शाम नू गड्डियां कुल्फियां दियां वो अपना जाईदा शामी 6-7 बजे जाईदा ते गलवाली गेट चौंक दे विच मैं गड्डी खलोना। मेरा पक्का अड्डा वा मैं उत्थे ही खलोता। 7 बजे आके 6 बजे जाइए चार बाकी वो रात नू 11 वजन 11:30 वजन ਉਹ ਆ ਕੇ ਗੱਡੀ ਲਾਈ ਦੀ ਆ। ਰਾਤ ਨੂੰ 2-2:30 ਵਜੇ ਸੌਦਾ ਗੱਡੀ ਗੁੱਡੀ ਸਾਂਭਦਿਆਂ ਨੂੰ ਕਿ ਰਾਤ ਨੂੰ ਮਾਲ ਮੂਲ ਰਾਤ ਨੂੰ ਮਿਲਦਾ ਵਾ ਤੇ 2-2:30 ਵਜ ਜਾਂਦੇ ਰਾਤ ਨੂੰ ਘਰ ਜਾਂਦੇ ਨੂੰ। ਤੇ ਮੈਨੂੰ ਦੱਸੋ ਬਾਬਾ ਜੀ ਜਦੋਂ ਕਿਤੇ ਬਰਸਾਤ ਪੈ ਜੇ ਜਾਂ ਮੰਨ ਲਓ ਉਸ ਦਾ ਮੌਸਮ ਖਰਾਬ ਹੋਵੇ ਤੇ ਫਿਰ ਕਿਸ ਤਰ੍ਹਾਂ ਦਿਹਾੜੀ ਲੱਗਦੀ ਆ? ਫਿਰ ਕਿੰਨਾ ਗੁਜ਼ਾਰਾ ਹੋ ਜਾਂਦਾ? ਦਿਹਾੜੀ ਕਿੰਨੀ ਕੁ ਲੱਗਦੀ ਆ? ਕਿੰਨੇ ਕੁ ਪੈਸੇ ਬਚ ਜਾਂਦੇ ਉਸ ਟਾਈਮ 'ਤੇ? ਉਹ ਜੇ ਵੇਖੋ ਜੀ ਕਮਿਸ਼ਨ ਦਾ ਹਿਸਾਬ ਹੁੰਦਾ ਵਾ ਹੈਂ। थोड़े वटांगे 300 भी बन जाता, 400 भी बन जाता है। क्यों गड्डियां आम गड्डियां होंदियां शहर के गाहक आपो अपना होंदा है। किसी 2400 वट्टी जाए, 2500 वट्टी जाए, वो 3-400 500 5 रुपये कमीशन होंदी आ 100 मगर तो 2400-2500 वटांगे 2-400 बनूगा। इदों वध नहीं बनता। जदों बरसातां आ जांदियां उदों फिर मालकां कोलों पैसे फड़ लईदे आ। जो कि हिसाब होंगे फिर उदो कटा ही देता और फिर जो बरसातों के इस तरह गड्डी काम चलता रहिंदा। मैनूं इस बाबा जी सरकार जिहड़ियां ने बहुत सहूलत दिंदियां ने खास करके बजुर्गों नूं जिहड़े तुहाडी उम्र दे ने। तुहानूं कोई सहूलत मिली सरकार वालों हुण तक? जिहड़ी कोई सहूलत जी इहो मिली आ जिहड़ी कणक आउंदी सीगी 3 ਤੋੜੇ घरां ने मेरी एक मेरे घर दी दा ते मेरे काके दा इहो 3 ਤੋੜੇ हुंदे सी। आ पिछले लॉकडाउन तो बाद उन्हां ने ਉਹ ਨਾ ਘਟਦੇ ਹੁਣ 1 ਤੋੜਾ ਹੁੰਦਾ ਹੈ। 1 ਤੋੜੇ ਪਿੱਛੇ ਮੈਂ ਉਹ ਕਣਕ ਲਿਆਉਣੀ ਬੰਦ ਕਰਤੀ। ਮੈਂ ਜੇ ਅਸੀਂ ਕਣਕ ਰੱਖਾਂਗੇ ਤੇ ਫਿਰ ਇਧਰੋਂ ਦਿਹਾੜੀ ਟੁੱਟ ਜਾਂਦੀ ਸਾਡੀ 2-2 ਘੰਟੇ ਲਾਈਨ ਦੇ ਵਿੱਚ ਲੱਗਣਾ ਪੈਂਦਾ। ਨਾ ਡੀਪੂ ਵਾਲੇ ਕਿਸੇ ਦੀ ਗੱਲ ਨਹੀਂ ਸੁਣਦੇ। ਇਸ ਕਰਕੇ ਅਖੀਰ ਕਣਕ ਨੂੰ ਛੱਡੋ ਆਪਣਾ ਕੰਮ ਕਰੋ। ਬਿੱਲ ਮਾਫ ਬੱਤੀ ਜੀ ਇਸ ਤਰ੍ਹਾਂ ਹੀ ਬੱਤੀ ਦਾ ਬਿੱਲ ਮਾਫ ਤੇ ਨਹੀਂ। ਬੱਤੀ ਮੇਰਾ ਮੀਟਰ ਤਾਂ ਉਵੇਂ ਚੱਲਦਾ ਪਿਆ ਵਾ ਜੀ। ਹਾਂਜੀ मैंने सो बाबा जी ठंड इन्नी असं देखा कोई जैकेट नहीं पाई कोई कोटी नहीं पाई ठंड लवा लोगे बीमार हो जाओगे। कभी मुश्किल नहीं होती या घर की क्या नहीं है भी स्वैटर कोटी पा के जाया करो ठंड बहुत है। असं देखा सीधा पजामा कमीज कला पाया देखो पाई दी थले कमीज तां पाई दी पैसे पूसे बोझे च पाने होंगे उस तरह थलो चिकर पाइया ने थले खो पाइया इन्ने नाल ठंड नहीं लगती क्यों मौसम बदल गया। हुण अगे पाई दा सीगा ਹੁਣ ਲੋੜੀਆਂ ਬਾਅਦ ਇਹ ਮੈਂ ਇੱਕੋ ਕੋਟੀ ਕੱਲੀ ਪਾਉਣਾ ਜੈਕਟ ਹੈਗੀ ਆ ਘਰੇ ਉਹ ਲਾ ਕੇ ਰੱਖਤੀ ਹੈ। ਹਾਂਜੀ ਬਾਬਾ ਜੀ ਖਾਸ ਕਰਕੇ ਧੀਆਂ ਨੂੰ ਬਹੁਤ ਦੁੱਖ ਹੁੰਦਾ ਮਾਂ-ਬਾਪ ਦਾ। ਕਦੀ ਧੀ ਨੇ ਨਹੀਂ ਕਿਹਾ ਵੀ ਪਾਪਾ ਜੀ ਸਾਰੀ ਉਮਰ ਹੋ ਗਈ ਕੰਮ ਕਰਦਿਆਂ ਨੂੰ ਗਲੀ-ਗਲੀ ਜਾ ਕੇ ਤੁਸੀਂ ਸਮਾਨ ਵੇਚਦੇ ਹੋ ਸਾਰੇ ਉਮਰ ਤੁਹਾਨੂੰ ਕੰਮ ਕਰਦੇ ਨੂੰ ਹੋ ਗਏ ਨੇ ਹੁਣ ਬਹਿ ਜਾਓ ਆਰਾਮ ਕਰ ਲਿਓ। ਕਦੀ ਧੀ ਨੂੰ ਨਹੀਂ ਗੱਲ ਕੀਤੀ ਗਈ? ਨਹੀਂ ਜੀ ਮੈਨੂੰ ਕਿਸੇ ਨੇ ਕਿਹਾ ਜੀ ਕਰਨ ਮੇਰਾ ਜਵਾਈ ਨੂੰ ਨਾ ਧੀ ਨੇ ਮੈਂ ਘਰ ਦੇ ਵਿੱਚ ਕਿਸੇ ਨੇ ਮੈਨੂੰ ਕਿਹਾ। उन्होंने आंदा सौ जे तुम बह भी जाओगे तो फिर तुम गोडे थोड़े मैनू कई ने कहा जे बह गए तो मुड़ के गोडे नहीं हड्ड पैर नहीं चलने तो मेरा भी जी करता बहवा पर बैठा नहीं जाता। कई लोगों ने भी कहा मैनू भाई बापू जी तुम उम्र च काम करते हो हैं तो मैं की करिए भी ढिड लगा कमाए कम कम करा तो खावे किसी ने केड़ा सानू किसी ने दे देना अपना करांगे घर का गुजारा चलावांगे। ते जे ओ कहंदे बह जाओ नहीं बैठा नहीं जांदा। पापा इसी देखिया भी धीया पुत असीं जम्मे हुंदे ने उन्हां को असीं सोचदे भी असीं साडे बुढ़ा जिहड़े असीं बजुर्ग हो जांगे उस उम्र च जाके साडी मदद करनगे साडी सेवा करनगे पर असीं देखिया भी ना ते तुहाडे धी पुत कोई भी जिहड़ा तुहाडी सेवा नहीं मिलदा करदा जिहड़ा तुहानूं इस 70 ਸਾਲ दी उम्र विच भी तुहानूं गलियां विच कह लो भी जिहड़ा रोलण वास्ते मजबूर कीता क्योंकि मजबूरी आ जिहड़ी तुसीं कह रहे हो भी मेरी मजबूरी आ जेकर मैं ना जाऊँगा तो घर का रोजी रोटी कौन चलाऊगा। पर कि लगता नहीं भी धियां पुत असीं काहदे वास्ते जम्मदे आ भी जिहड़ा साडा बुढ़ापे च सेवा कर सके साडी जिहड़ी आ सेवा कर सके सानूं रोटी पानी दे सके जे इस उम्र च भी तुसीं जस काम ही करना तो फिर इन्हां दा की फायदा। कभी मन दुख ही नहीं हुंदा जी नूं जी फिर की करिए कहे उन्हां नूं जे असीं उन्हां नूं कहांगे तो उन्हां इही कहना पापा जी तुसीं उन्हां चिर काम करो जिन्ना चिर तुहाडे हड्ड पैर चलदे आ ते जदों रह गए उदों तुहानूं असीं तुहानूं कुछ नहीं कहांगे। पापा जी दुख नहीं लगदा? देखो सारी उम्र बंदा कमाउंदा वा बाल बच्चे पाल पोस के वड्डियां करदा वा ते इस उम्र हुंदा भी बजुर्ग उम्र आके सानूं सेवा कर सके जिथे 2 ਫੁਲਕੇ अपने बच्चों नूं दिंदा अपनी घर दी नूं देऊगा तुहाडा पुत्तर की गल 2 ਫੁਲਕੇ तुहाडे वास्ते भी नहीं देऊगा? उन्हां ने मैनूं कदे किहा मैनूं किसी ने किहा उन्हां ने अजे ਕੰਮ ਤੇ जाया करो जदों तुसीं तुहाडे ना चलणगे हट पैर फिर तुहानूं असीं नहीं कहिंदे। ਹਾਂਜੀ ਇਹੋ ਗੱਲ ਹੀ ਆ। ਉਸ ਤਰ੍ਹਾਂ ਵੀ मेरा ये मन करता नहीं गा बहन नूं जे मैं बह गया तो फिर मेरे गोडे हट पैर ਜਿਹੜੇ चलदे ਇਹ ਰਹਿ ਜਾਣੇ ਇੰਨੇ ਨਾਲ ਤੁਰੇ ਫਿਰਦੇ ਰਹੀਦਾ ਨਾਲੇ ਥੋੜਾ ਬਹੁਤਾ ਘਰ ਦਾ ਖਰਚ ਲੈ ਆਈਦਾ। ਪਰ ਬਾਬਾ ਜੀ ਸਾਰੀ ਉਮਰ ਕੰਮ ਕੀਤਾ ਵਾ ਬੰਦਾ ਸੋਚਦਾ ਵੀ ਹੁਣ ਬਸ ਯਾਰ ਹੁਣ ਥੱਕ ਗਏ ਆ क्योंकि सारी उम्र गलियां फिर फिर के कमाई की आ इस उम्र बंदा सोचता भी यार बस हुण बच्चे कमाउणगे ते आपां खावांगे हर किते मन च हुंदा वा। साडे भी बजुर्ग आ साडे बजुर्ग भी घरे बैठे आ तुहाडे मन च भी होऊगा ये चीज़ आ कदे इकल्ले बैठे मन सोचो कदी मन ते दुखी हुंदा होऊगा भी यार सारी उम्र कीता काम हुण बच्चे जिहड़े ने सुख लैण दी वारी आ पर अज भी सानूं गलियां फिरदा पैंदा कदी मन च इह विचार ते आउंदा होऊगा? आउंदा जी आउंदा क्यों नहीं गा पर की हुण जे बच्चा कवे तो फिर ही आना जे कोई घर के मैंबर कोई कहे तो फिर ही है ना। उन्होंने भी नहीं पता जे ना जाएंगे तो घर का नहीं खर्चा चलना ਇਹੋ ਮਜਬੂਰੀ ਹੋਰ ਨਹੀਂ ਗੱਲ ਕੋਈ। ਮੈਨੂੰ ਦੱਸੋ ਬਾਬਾ ਜੀ ਸਾਰਾ ਖਰਚਾ ਤੁਹਾਡੇ ਸਿਰ ਤੇ ਹੀ ਆ, ਮੁੰਡਾ ਕੁਝ ਨਹੀਂ ਕਮਾਉਂਦਾ? ਮੁੰਡਾ ਕਮਾਉਂਦਾ ਆ, ਉਹਨਾਂ ਨੂੰ 100 ਕਿਲੇ ਲੈਣ ਦੇਣ, ਵਿਆਹ ਸ਼ਾਦੀ ਆ ਗਈ ਆ, ਕੋਈ ਸਾਰਥ ਆ ਗਿਆ, ਉਹ ਖਰਚਾ ਉਹ ਕਰਦਾ ਵਾ। ਬਾਬਾ ਜੀ ਮੈਨੂੰ ਦੱਸੋ ਜਿੱਥੇ ਵੀ ਤਿੰਨ ਬੱਚੇ ਨੇ ਮਾਂ-ਬਾਪ ਨੂੰ ਸਾਂਭ ਨਹੀਂ ਸਕਦੇ, ਉੱਥੇ ਜਿਹੜਾ ਇਕੱਲਾ ਮਾਂ-ਬਾਪ ਆ ਉਹ ਤਿੰਨਾਂ ਬੱਚਿਆਂ ਨੂੰ ਸਾਂਭਦਾ, ਕੀ ਗੱਲ ਤੁਹਾਡੀ ਦੋਵਾਂ ਜੀ ਦੀ ਰੋਟੀ ਨਹੀਂ ਕਰ ਸਕਦਾ ਉਹ ਬੱਚਾ? ਨਹੀਂ ਉਹ ਨਹੀਂ ਕਰ ਸਕਦਾ ਜੀ, ਅਜੇ ਨਹੀਂ ਕਰ ਸਕਦਾ, ਗਾਂ ਭਾਵੇਂ ਵੇਖੋ ਹੁਣ ਕਰੇ ਨਾ ਕਰੇ। ਜੇ ਮੈਨੂੰ ਇਹੋ ਹੀ ਆ ਜੇ ਮੈਂ ਜਾਵਾਂਗਾ ਤਾਂ ਘਰ ਦਾ ਖਰਚ ਚੱਲਣਾ, ਨਹੀਂ ਤਾਂ ਨਹੀਂ ਚੱਲਣਾ। ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਵੀ ਬਾਬਾ ਜੀ ਦੀ ਪਤਾ ਨਹੀਂ ਘਰ 'ਚ ਕੀ ਮਜਬੂਰੀ ਆ, ਕਿਉਂਕਿ ਸਾਨੂੰ ਵੀ ਦੁੱਖ ਲੱਗ ਰਿਹਾ ਵੀ ਸਾਡੇ ਵੀ ਘਰੇ ਬਜ਼ੁਰਗ ਨੇ ਜਿਹੜੇ ਕਿ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ ਬਜ਼ੁਰਗਾਂ ਨੂੰ ਆਰਾਮ ਕਰਨ, ਇਸ ਟਾਈਮ ਘਰਾਂ 'ਚ ਆਰਾਮ ਕਰਦੇ ਨੇ, ਅਤੇ ਹਰ ਇੱਕ ਜਿਹੜਾ ਬੱਚਿਆਂ ਦਾ ਫਰਜ਼ ਹੁੰਦਾ ਵਾ ਵੀ ਆਪਣੇ ਜਿਹੜੇ ਮਾਂ-ਬਾਪ ਨੇ ਉਹਨਾਂ ਨੂੰ ਜਦੋਂ ਬਜ਼ੁਰਗ ਹੋ ਜਾਂਦਾ ਉਹਨਾਂ ਦੀ ਸੇਵਾ ਕਰੇ, ਕਿਉਂਕਿ ਮਾਂ-ਬਾਪ ਜਿਹੜੇ ਲੱਭਦੇ ਨਹੀਂ ਆ। ਪਰ ਅਸੀਂ ਦੇਖਿਆ ਇਹ ਬਾਪੂ ਦੀ ਵੀ ਕੀ ਮਜਬੂਰੀ ਹੋਊਗੀ ਜਿਹੜਾ ਕਹਿੰਦਾ ਵੀ ਮੇਰੀ ਮਜਬੂਰੀ ਆ, ਮੈਂ ਗਲੀਆਂ ਗਲੀ ਜਾ ਕੇ ਕੰਮ ਕਰਨ ਮਜਬੂਰ ਆ। ਉਸ ਦਾ ਕਹਿਣਾ ਵੀ ਮੇਰਾ ਵੀ ਜੀਅ ਕਰਦਾ ਵੀ ਮੈਂ ਵੀ ਘਰ ਬਹਿ ਕੇ ਆਰਾਮ ਕਰਾਂ, ਪਰ ਘਰਾਂ ਦੀ ਮਜਬੂਰੀ ਜਿਹੜੀ ਆ ਮੈਨੂੰ ਘਰ ਬਹਿ ਨਹੀਂ ਦਿੰਦੀ। ਤੁਸੀਂ ਦੇਖਿਆ ਬਾਬਾ ਜੀ ਦਾ ਕਹਿਣਾ ਵੀ 70 ਸਾਲ ਹੋ ਗਏ ਨੇ ਇਹਨਾਂ ਨੂੰ ਇਸੇ ਗਲੀਆਂ ਬਾਜ਼ਾਰਾਂ 'ਚ ਅੰਮ੍ਰਿਤਸਰ ਦੀ ਗਲੀਆਂ ਜਿਹੜਾ ਉਹ ਮਿਹਨਤ ਕਰਦੇ ਨੇ, ਆਪਣੇ ਪਰਿਵਾਰ ਦਾ ਪੇਟ ਪਾਲਦੇ ਨੇ, ਪਰ ਘਰਾਂ ਦੀ ਮਜਬੂਰੀਆਂ ਜਿਹੜੀਆਂ ਹੋਣ ਕਰਕੇ ਇਹ ਬਾਬਾ ਜੀ ਨੂੰ ਘਰੇ ਬਹਿ ਨਹੀਂ ਦੇ ਸਕਦੇ। ਸਾਡੀ ਦਰਸ਼ਕਾਂ ਨੂੰ ਅਪੀਲ ਆ ਵੀ ਜਦੋਂ ਤੁਹਾਡਾ ਜਿਹੜਾ ਕਿ ਮਾਂ-ਬਾਪ ਤੁਹਾਡੇ ਬਜ਼ੁਰਗ ਹੋ ਜਾਣ ਉਹਨਾਂ ਨੂੰ ਜਿਹੜੀ ਆ ਘਰੇ ਸੇਵਾ ਕਰਿਆ ਕਰੋ। ਅਸੀਂ ਦੇਖਦੇ ਹਾਂ ਵੀ ਜ਼ਿਆਦਾਤਰ ਇਸ ਤਰ੍ਹਾਂ ਦੇ ਜਿਹੜੇ ਬਜ਼ੁਰਗ ਨੇ ਗਲੀਆਂ ਵਿੱਚ ਰੋਲ ਜਾਂਦੇ ਨੇ। ਬਾਬਾ ਜੀ ਦਾ ਕਹਿਣਾ ਵੀ ਕਈ ਕਿਲੋਮੀਟਰ ਜਿਹੜਾ ਸਫ਼ਰ ਆ ਉਹ ਗਲੀ ਗਲੀ ਜਾ ਕੇ ਆਪਣੇ ਹੱਥ 'ਤੇ ਜਿਹੜਾ ਕਰੀਮ ਨੂੰ ਲੈ ਕੇ ਜਿਹੜਾ ਵੇਚਦੇ ਨੇ, ਅਤੇ ਗਰਮੀਆਂ ਨੂੰ ਕੁਲਫੀਆਂ ਵੇਚਣ ਨੂੰ ਮਜਬੂਰ ਹੋ ਜਾਂਦੇ ਨੇ। ਕੀ ਗੱਲ ਅਸੀਂ ਆਪਣੇ ਮਾਂ-ਬਾਪ ਲਈ ਦੋ ਫੁਲਕੇ ਨਹੀਂ ਕਮਾ ਸਕਦੇ, ਉਹਨਾਂ ਨੂੰ ਦੋ ਰੋਟੀ ਨਹੀਂ ਦੇ ਸਕਦੇ, ਜਿੱਥੇ ਅਸੀਂ ਆਪਣੇ ਪਰਿਵਾਰ ਦਾ, ਆਪਣੇ ਬੱਚਿਆਂ ਦਾ, ਆਪਣੀ ਘਰਵਾਲੀ ਦਾ ਅਸੀਂ ਖਰਚਾ ਚੁੱਕ ਸਕਦੇ ਹਾਂ, ਅਤੇ ਸਾਡੇ ਬਜ਼ੁਰਗਾਂ ਦਾ ਖਰਚਾ ਕਿਉਂ ਨਹੀਂ ਅਸੀਂ ਦੇ ਸਕਦੇ, ਦੋ ਫੁਲਕੇ ਕਿਉਂ ਰੋਟੀ ਦੇ ਸਕਦੇ? ਇਸ ਕੇ ਸਾਡੀ ਦਰਸ਼ਕਾਂ ਨੂੰ ਅਪੀਲ ਆ ਵੀ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕੀਤਾ ਜਾਵੇ ਅਤੇ ਮਾਂ-ਬਾਪ ਦੀ ਸੇਵਾ ਕੀਤੀ ਜਾਵੇ। ਮੈਨੂੰ ਇਹ ਸਵਾਲ ਦੱਸੋ ਬਾਬਾ ਜੀ, ਅਸੀਂ ਦੇਖਦੇ ਹਾਂ ਵੀ ਅਸੀਂ ਮੰਦਰ ਗੁਰਦੁਆਰਾ ਜਾ ਕੇ ਮੱਥੇ ਟੇਕਦੇ ਹਾਂ, ਰੱਬ ਗਾੜੀ ਅਰਦਾਸਾਂ ਬੇਨਤੀ ਕਰਦੇ ਹਾਂ, ਅਤੇ ਜਦੋਂ ਜਿਹੜੇ ਘਰੇ ਮਾਂ-ਬਾਪ ਹੁੰਦੇ ਨੇ ਉਹਨਾਂ ਗਾੜੀ ਅਸੀਂ ਕਿਉਂ ਨਹੀਂ ਮੱਥਾ ਟੇਕਦੇ? ਉਹ ਵੀ ਸਾਡੇ ਰੱਬ ਨੇ, ਉਹਨਾਂ ਨੂੰ ਕਿਉਂ ਨਹੀਂ ਅਸੀਂ ਪੂਜਦੇ? ਉਹਨਾਂ ਨੂੰ ਪੂਜਦੇ ਕਿ ਸਾਨੂੰ ਨਹੀਂ ਇਹ ਪਤਾ ਨਹੀਂ ਲੱਗਦਾ ਅਸੀਂ ਇਹਨਾਂ ਪੂਜਣਾ ਕੀ ਆ, ਮੱਥਾ ਟੇਕੀ ਦਾ, ਮੰਦਰ ਜਾਈਦਾ, ਬਸ ਇਹੋ ਗੁਰਦੁਆਰੇ ਜਾਈਦਾ, ਦਰਬਾਰ ਸਾਹਿਬ ਚਲੇ ਜਾਓ ਜਦੋਂ ਛੁੱਟੀ ਹੁੰਦੀ ਆ, ਇੱਥੇ ਘਰੇ ਗੁਰਦੁਆਰਾ ਉੱਥੇ ਪਿੰਡ ਦੇ ਉੱਥੇ। ਠੀਕ ਹੈ ਬਾਬਾ ਜੀ, ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਇਹ ਸੀ ਗੱਲਬਾਤ ਕੀਤੀ ਉਸ ਬਜ਼ੁਰਗ ਨਾਲ ਜਿਹੜਾ ਕਿ ਮੰਗਲ ਸਿੰਘ ਆ, 70 ਸਾਲ ਹੋ ਗਏ ਨੇ ਇਹਨਾਂ ਦੀ ਉਮਰ ਨੂੰ, ਅਤੇ ਗਲੀਆਂ ਵਿੱਚ ਜਾ ਜਾ ਕੇ ਜਿਹੜਾ ਇਹ 40 ਸਾਲ ਤੋਂ ਜਿਹੜਾ ਕਿ ਸਮਾਨ ਵੇਚ ਰਹੇ ਨੇ, ਗਲੀਆਂ ਵਿੱਚ ਕਰੀਮ ਵੇਚਦੇ ਨੇ ਅਤੇ ਗਰਮੀਆਂ ਵਿੱਚ ਕੁਲਫੀਆਂ ਤੱਕ ਵੇਚਦੇ ਨੇ, ਪਰ ਘਰਾਂ ਦੀ ਮਜਬੂਰੀ ਕਰਕੇ ਜਿਹੜਾ ਇਹਨਾਂ ਨੂੰ ਮਿਹਨਤ ਕਰਨੀ ਪੈ ਰਹੀ ਆ। ਬਾਬਾ ਜੀ ਦਾ ਕਹਿਣਾ ਵੀ ਇਹਨਾਂ ਨੂੰ ਪਰਿਵਾਰ ਵੱਲੋਂ ਕਿਸੇ ਵੱਲੋਂ ਕੋਈ ਨਹੀਂ ਕਿਹਾ ਜਾਂਦਾ ਵੀ ਤੁਸੀਂ ਇਸ ਉਮਰੇ ਘਰੇ ਬੈਠ ਕੇ ਆਰਾਮ ਕਰੋ, ਪਰ ਬਾਬਾ ਜੀ ਦਾ ਕਹਿਣਾ ਵੀ ਮੈਨੂੰ ਘਰਾਂ ਦੀਆਂ ਮਜਬੂਰੀਆਂ ਜਿਹੜੀਆਂ ਵਾ ਜੇਕਰ ਮੈਂ ਜਾਊਂਗਾ ਅਤੇ ਰਾਸ਼ਨ ਪਾਣੀ ਘਰ ਦਾ ਗੁਜ਼ਾਰਾ ਚੱਲਦਾ, ਨਹੀਂ ਤਾਂ ਮੇਰਾ ਘਰ ਦਾ ਰਾਸ਼ਨ ਪਾਣੀ ਜਿਹੜਾ ਉਹ ਬੰਦ ਹੋ ਜਾਂਦਾ ਵਾ। ਮੈਨੂੰ ਦਿਓ ਇਜਾਜ਼ਤ, ਮੈਂ ਹਰਜੀਤ ਗਰੇਵਾਲ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।